Swayze, Brian Mason, NDP leader Brian Mason, ਜਿਨ੍ਹਾਂ ਨੇ ਕਿ ਟੋਰੀਜ਼ ਦੇ ਉੱਪਰ ਡਾਕਟਰ ਸਟੀਫਨ ਡਕਟ ਦੇ ਇਲਜ਼ਾਮਾਂ ਤੋਂ ਬਾਅਦ ਆਰ ਸੀ ਐਮ ਪੀ ਦੀ ਇਨਕੁਆਇਰੀ ਦੀ ਗੱਲ ਕੀਤੀ ਹੈ। ਸੋ ਅਸੀਂ ਜਿਵੇਂ ਕਿ ਦੂਸਰੇ ਪਾਸੇ ਅਲਬਰਟਾ ਗਵਰਨਮੈਂਟ ਹੈਲਥ ਮਿਨਿਸਟਰ ਆਨਰੇਬਲ ਜੀਨ ਜ਼ਵੇਡਸਕੀ ਕਹਿ ਰਹੇ ਨੇ ਕਿ ਜਿਹੜੀਆਂ ਜਿਹੜੇ ਡਾਕੂਮੈਂਟਸ ਲੀਕ ਹੋਏ ਨੇ ਇਹ ਕਿਉਂ ਜੰਪਿੰਗ ਨੂੰ ਕਿਸੇ ਤਰੀਕੇ ਦੇ ਨਾਲ ਪ੍ਰੂਵ ਨਹੀਂ ਕਰਦੇ। ਇੱਕ ਪਾਸੇ ਐਥਿਕਸ ਦੀ ਗੱਲ ਹੈ, ਇੱਕ ਪਾਸੇ ਲੀਗਲੀ ਰੋਂਗ ਹੋਣ ਦੀ ਗੱਲ ਹੈ। ਸੋ ਜਦ ਅਸੀਂ ਇਹ ਗੱਲਾਂ ਕਰਦੇ ਹਾਂ ਕਿ ਐਥੀਕਲੀ ਤਾਂ ਇਹ ਚੀਜ਼ ਰੋਂਗ ਹੈ ਹੀ ਹੈ, ਅਤੇ ਦੂਸਰੇ ਪਾਸੇ ਮਿਸਟਰ ਬ੍ਰਾਇਨ ਮੇਜ਼ਨ ਇਹ ਵੀ ਗੱਲ ਕਹਿ ਰਹੇ ਨੇ ਕਿ ਇਹ ਕ੍ਰਿਮੀਨਲ ਕੋਡ ਦੀ ਦੇ ਸੈਕਸ਼ਨ 122 ਦੇ ਮੁਤਾਬਿਕ ਇਹ ਇੱਕ ਕ੍ਰਿਮੀਨਲ ਅਫੈਂਸ ਵੀ ਹੈ। ਸੋ ਦੇਖਦੇ ਹਾਂ ਕਿ ਊਂਟ ਕਿਸ ਕਰਵਟ ਬੈਠਦਾ ਅਤੇ ਇਸ ਗੱਲ ਦੇ ਕੀ ਹਾਲਾਤ ਹੁੰਦੇ ਨੇ। ਪਰ ਦੂਸਰੇ ਪਾਸੇ ਜ਼ਰੂਰ ਕਹਾਂਗੀ ਕਿ ਜਿਹੜਾ ਹੈਲਥ ਹੈ ਉਹ ਕਿਸੇ ਵੀ ਪ੍ਰੋਵਿੰਸ ਦੇ ਲਈ ਇੱਕ ਬਹੁਤ ਵੱਡਾ ਇਸ਼ੂ ਹੁੰਦਾ ਹੈ। ਹੁਣ ਬ੍ਰਾਇਨ ਮੇਜ਼ਨ ਨੇ ਗੱਲ ਕਹੀ ਕਿ ਉਹਨਾਂ ਦੇ ਕੰਸਟੀਚੁਐਂਸੀ ਦੇ ਵਿੱਚ ਹੀ ਕੋਈ ਹੈ ਜਿਨ੍ਹਾਂ ਨੂੰ ਕਿ ਲੰਗ ਕੈਂਸਰ ਹੈ। ਉਹ ਲੰਗ ਕੈਂਸਰ ਉਹਨਾਂ ਦਾ 2 ਵਾਰ ਅਪੁਆਇੰਟਮੈਂਟ ਬਣਾ ਕੇ ਕੈਂਸਲ ਹੋ ਗਿਆ ਅਤੇ ਉਸ ਨਾਲ 5 ਮਹੀਨਿਆਂ ਦੇ ਵਿੱਚ ਕੈਂਸਰ ਵੱਧ ਗਿਆ। ਹੁਣ ਇਹ ਚੀਜ਼ਾਂ ਜੋ ਹੁੰਦੀਆਂ ਨੇ ਇਸ ਦੇ ਕਾਰਨ ਲੱਭਣ ਦੀ ਜ਼ਰੂਰਤ ਹੈ। ਹੁਣ 12 ਬਿਲੀਅਨ ਡਾਲਰ ਦਾ ਬਜਟ ਵੀ ਰਿਲੀਜ਼ ਕੀਤਾ ਗਿਆ ਬੈਟਰ ਸਰਵਿਸਿਜ਼ ਦੇ ਲਈ ਅਤੇ ਐਮਰਜੈਂਸੀ ਟਾਈਮਸ ਨੂੰ ਘਟਾਉਣ ਦੇ ਲਈ, ਅਤੇ ਇਹ ਕੁਛ ਅਸੀਂ ਚਾਹੁੰਦੇ ਹਾਂ। ਪਰ ਦੂਸਰੇ ਪਾਸੇ ਜੇ ਅਸੀਂ ਦੇਖੀਏ ਕਿ ਇਸ ਇਹਨਾਂ 5 ਸਾਲਾਂ ਦੇ ਵਿੱਚ ਦੇਖੀਏ ਕਿ ਪੈਸਾ ਇਨਫਰਾਸਟ੍ਰਕਚਰ ਦੇ ਉੱਪਰ ਜਾਂ ਮਨੀ ਜਿਹੜੀ ਹੈ ਉਹ ਇਸ ਤਰੀਕੇ ਦੇ ਉੱਪਰ ਰੋੜੀ ਬਹੁਤ ਗਈ ਹੈ, ਪਰ ਉਹ ਪੈਸਾ ਸਹੀ ਤਰੀਕੇ ਦੇ ਨਾਲ ਔਰਗਨਾਈਜ਼ਡ ਵੇ ਦੇ ਨਾਲ ਵਰਤਿਆ ਨਹੀਂ ਗਿਆ। ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਗੱਲ ਹੋਈ ਡੈਨੀਅਲ ਸਮਿਥ ਹੋਰਾਂ ਦੇ ਨਾਲ, ਅਤੇ ਦੂਸਰੇ ਹਿੱਸੇ ਦੇ ਵਿੱਚ ਗੱਲ ਹੋਈ ਬ੍ਰਾਇਨ ਮੇਜ਼ਨ ਹੋਰਾਂ ਦੇ ਨਾਲ, ਅਤੇ ਮੈਂ ਹੁਣ ਤੁਹਾਨੂੰ ਕੁਛ ਉਹਨਾਂ ਦਾ ਵਿਊ ਦੱਸ ਦਿੰਦੀ ਹਾਂ ਕਿ ਡੈਨੀਅਲ ਸਮਿਥ ਹੋਰਾਂ ਦਾ ਇਸ ਬਾਰੇ ਓਵਰਆਲ ਵਿਊ ਕੀ ਸੀ। ਓਵਰਆਲ ਵਿਊ ਐਜ਼ ਅ ਓਪੋਜੀਸ਼ਨ ਉਹਨਾਂ ਦਾ ਇਹੀ ਸੀ ਕਿ ਜਦ ਵੀ ਕਿਸੇ ਤਰੀਕੇ ਦਾ ਇਸ਼ੂ ਬਣਦਾ ਉਸਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਕਈ ਵਾਰ ਮੀਡੀਆ ਦੇ ਉੱਪਰ ਇਲਜ਼ਾਮ ਲਗਾ ਦਿੱਤਾ ਜਾਂਦਾ ਕਿ ਮੀਡੀਆ ਉਸ ਗੱਲ ਨੂੰ ਉਛਾਲ ਰਿਹਾ। ਪਰ ਦੂਸਰੇ ਪਾਸੇ ਜੇ ਤੁਸੀਂ ਡਾਕਟਰ ਸਟੀਫਨ ਡਕਟ ਦੀ ਸਪੀਚ ਸੁਣੋ, ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ ਕਿ ਜੋ ਡੈਨੀਅਲ ਸਮਿਥ ਹੋਰਾਂ ਨੇ ਆਪਣੇ ਮੂੰਹੋਂ ਕਿਹਾ, ਕਿ ਜੇ ਤੁਸੀਂ ਡਾਕਟਰ ਸਟੀਫਨ ਡਕਟ ਹੋਰਾਂ ਦੀ ਸਪੀਚ ਸੁਣੋ ਜਿਹੜੀ ਕਿ ਉਹਨਾਂ ਨੇ ਟੋਰੋਂਟੋ ਦੇ ਵਿੱਚ ਜਦ ਇਹ ਐਲੀਗੇਸ਼ਨਸ ਲਗਾਏ ਉਦੋਂ ਕੀਤੀ, ਅਤੇ ਉਹ ਇੱਕ ਬਹੁਤ ਵੱਡੀ ਸਪੀਚ ਹੈ ਅਤੇ ਸ਼ੁਰੂ ਤੋਂ ਅਖੀਰ ਤੱਕ ਸਪੀਚ ਸੁਣਨ ਦੇ ਵਿੱਚ ਬਹੁਤ ਮੁੱਦੇ ਬਾਹਰ ਆਉਂਦੇ ਨੇ, ਜਿੱਥੋਂ ਪਤਾ ਲੱਗਦਾ ਕਿ ਹੈਲਥ ਸੁਪਰ ਬੋਰਡ ਅਸਲ ਦੇ ਵਿੱਚ ਹੈਲਥ ਸਿਸਟਮ ਦੇ ਉੱਪਰ ਇੱਕ ਬਹੁਤ ਵੱਡਾ ਕਾਲਾ ਧੱਬਾ ਹੈ। ਸੋ ਜਿਹੜੀਆਂ ਨਵੀਆਂ ਪਾਰਟੀਜ਼ ਵੀ ਆ ਰਹੀਆਂ ਨੇ ਜਿਹੜੀਆਂ ਕਿ ਓਪੋਜੀਸ਼ਨ ਦੇ ਵਿੱਚ ਇਸ ਸਮੇਂ ਟੋਰੀਜ਼ ਦੇ ਨਾਲ ਅੱਡਾ ਲਾ ਰਹੀਆਂ ਨੇ, ਉਹਨਾਂ ਦਾ ਵੀ ਇਹ ਕਹਿਣਾ ਅਤੇ ਆਮ ਬੰਦੇ ਦੀ ਵੀ ਇਹ ਸੋਚ ਹੈ ਕਿ ਸੁਪਰ ਬੋਰਡ ਜੋ ਹੈ ਉਹ ਟੁੱਟਣਾ ਚਾਹੀਦਾ। ਦੂਸਰੇ ਪਾਸੇ ਬ੍ਰਾਇਨ ਮੇਜ਼ਨ ਦੇ ਨਾਲ ਇਹ ਗੱਲ ਹੋਈ ਕਿ ਉਹਨਾਂ ਨੇ ਆਰ ਸੀ ਐਮ ਪੀ ਦੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਹੈ। ਸੋ ਮੈਂ ਉਹਨਾਂ ਤੋਂ ਪੁੱਛਿਆ ਕਿ ਜਿਹੜੇ ਹੈਲਥ ਮਿਨਿਸਟਰ ਜੀਨ ਜ਼ਵੇਡਸਕੀ ਨੇ ਉਹ ਕਹਿ ਰਹੇ ਨੇ ਕਿ ਇਹ ਡਾਕੂਮੈਂਟਸ ਲੀਕ ਜਿਹੜੇ ਹੋਏ ਨੇ, ਜੇ ਕੁਛ ਹੋਇਆ ਇਹ ਕੋਈ ਕਿਉਂ
ਜਿਹੜੀ ਜੰਪ ਹੈ ਉਸਨੂੰ ਪ੍ਰੂਵ ਨਹੀਂ ਕਰਦੇ। ਅਤੇ ਮੈਂ ਬ੍ਰਾਇਨ ਮੇਸਨ ਤੋਂ ਪੁੱਛਿਆ ਕਿ ਜੇਕਰ ਆਰ ਸੀ ਐਮ ਪੀ ਆਫਿਸਰਸ ਨੇ ਤੁਹਾਨੂੰ ਇਹ ਗੱਲ ਕਹਿ ਦਿੱਤੀ ਕਿ ਇੱਥੇ ਇਨਵੈਸਟੀਗੇਟ ਕਰਨ ਨੂੰ ਕੁਛ ਹੈ ਹੀ ਨਹੀਂ, ਅਸੀਂ ਕੀ ਕਰੀਏ? ਇਸ ਦਾ ਜਵਾਬ ਦਿੰਦਿਆਂ ਬ੍ਰਾਇਨ ਨੇ ਕਿਹਾ ਕਿ ਜੇ ਮਾਊਂਟੀਜ਼ ਇਹ ਗੱਲ ਕਹਿੰਦੇ ਨੇ, ਜੇ ਆਰ ਸੀ ਐਮ ਪੀ ਇਹ ਗੱਲ ਕਹਿੰਦੇ ਆ, ਤਾਂ ਮੈਂ ਕੁਛ ਕਰ ਨਹੀਂ ਸਕਦਾ। ਪਰ ਉਹਨਾਂ ਦਾ ਕਹਿਣਾ ਕਿ ਕਿਉਂਕਿ ਇਹ ਚੀਜ਼ ਲੀਗਲੀ ਗਲਤ ਹੈ, ਤਾਂ ਐਜ਼ ਅ ਹਿਊਮਨ ਬੀਂਗ, ਐਜ਼ ਅ ਓਪੋਜੀਸ਼ਨ ਲੀਡਰ, ਅਤੇ ਮੇਰੀ ਕੌਂਸਟੀਚੁਐਂਸੀ ਦੇ ਵਿੱਚ ਅਜਿਹੇ ਲੋਕਾਂ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜੀ ਹੁੰਦੀ ਡਿਲੇ, ਸ਼ਾਇਦ ਉਸਦਾ ਕਾਰਨ ਇਹੀ ਨਾ ਹੋਵੇ ਕਿ ਲੰਗ ਕੈਂਸਰ ਦੀ ਜਿਹੜੀ ਉਹਨਾਂ ਨੂੰ ਦੋ ਵਾਰ ਲੰਗ ਕੈਂਸਰ ਤੋਂ ਉਹਨਾਂ ਨੂੰ ਦੋ ਵਾਰ ਜਿਹੜੀਆਂ ਅਪੁਆਇੰਟਮੈਂਟਸ ਕੈਂਸਲ ਕੀਤੀਆਂ ਗਈਆਂ। ਹੋ ਸਕਦਾ ਕਿ ਉਸ ਜਗ੍ਹਾ 'ਤੇ ਕਿਸੇ ਪ੍ਰੈਫਰੈਂਸ਼ੀਅਲ ਸਰਵਿਸ ਦਿੱਤੀ ਗਈ ਹੋਵੇ, ਕਿਸੇ ਜਿਹੜੇ ਇਲੈਕਟਿਡ ਮੈਂਬਰਸ ਨੇ ਉਹਨਾਂ ਦੀ ਫੈਮਿਲੀ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਕੋਈ ਖਾਸ ਸਰਵਿਸ ਦਿੱਤੀ ਗਈ ਹੋਵੇ। ਸੋ ਇਸ ਨਾਤੇ ਉਹਨਾਂ ਦਾ ਮੰਨਣਾ ਹੈ ਕਿ ਮੈਨੂੰ ਲੱਗਦਾ ਕਿ ਮੈਂ ਇਸ ਤਰੀਕੇ ਦਾ ਇਸ਼ੂ ਜ਼ਰੂਰ ਉਠਾਵਾਂ, ਅਤੇ ਜੇ ਇਹ ਚੀਜ਼ ਕ੍ਰਿਮੀਨਲੀ ਗਲਤ ਹੈ ਅਤੇ ਜੇ ਇਹ ਚੀਜ਼ ਲੀਗਲੀ ਗਲਤ ਹੈ, ਤਾਂ ਇਸ ਦੇ ਉੱਪਰ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਖੈਰ, ਤੁਸੀਂ ਜੁੜੇ ਰਹਿਣਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਮੇਰੇ ਤੀਸਰੇ ਗੈਸਟ ਨੇ ਇੰਡੀਪੈਂਡੈਂਟ MLA ਡਾਕਟਰ ਰਾਜ ਸ਼ਰਮਨ ਐਡਮਿੰਟਨ ਤੋਂ। ਡਾਕਟਰ ਰਾਜ ਸ਼ਰਮਨ ਨੂੰ ਤੁਸੀਂ ਜਾਣਦੇ ਹੀ ਹੋ ਕਿ ਮਾਰਚ ਦੇ ਵਿੱਚ ਉਹਨਾਂ ਨੂੰ ਕੌਕਸ ਦੇ ਵਿੱਚੋਂ ਤੀ ਕਿਕ ਆਊਟ ਕਰ ਦਿੱਤਾ ਗਿਆ ਸੀ, ਅਤੇ ਹੁਣ ਇਸ ਸਮੇਂ ਉਹ ਲੈਜਿਸਲੇਚਰ ਦੇ ਵਿੱਚ ਐਜ਼ ਅ ਇੰਡੀਪੈਂਡੈਂਟ MLA ਉੱਥੇ ਬੈਠੇ ਨੇ, ਅਤੇ ਉਹ ਇਸ ਸਮੇਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਕੰਟੈਂਡਰ ਵੀ ਨੇ। ਖੈਰ, ਮੈਂ ਬ੍ਰੇਕ ਤੋਂ ਬਾਅਦ ਆਉਂਦੀ ਹਾਂ ਅਤੇ ਫਿਰ ਗੱਲਬਾਤ ਹੋਏਗੀ ਡਾਕਟਰ ਰਾਜ ਸ਼ਰਮਨ ਹੋਰਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ, ਕਿਉਂਕਿ ਉਹ ਇੱਕ ਡਾਕਟਰ ਵੀ ਸੀ ਅਤੇ ਇੱਕ MLA ਵੀ ਸੀ। ਐਮਰਜੈਂਸੀ ਦੇ ਵਿੱਚ ਜਿਹੜਾ ਕੈਟਾਸਟ੍ਰੋਫੀ ਉੱਥੇ ਹੋਈ, ਐਮਰਜੈਂਸੀ ਦੇ ਵਿੱਚ ਜਿਹੜੀਆਂ ਉੱਥੇ ਰਹਿ ਕੇ ਡਿਲੇਜ਼ ਦੇ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ, ਉਸ ਦਾ ਫਸਟ ਹੈਂਡ ਐਕਸਪੀਰੀਅੰਸ ਡਾਕਟਰ ਰਾਜ ਸ਼ਰਮਨ ਨੂੰ ਹੈ। ਇਹ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਡੈਨੀਅਲ ਸਮਿਥ, ਵਾਲਡੋਸ ਲੀਡਰ, ਅਤੇ ਉਸ ਤੋਂ ਬਾਅਦ NDP ਲੀਡਰ ਬ੍ਰਾਇਨ ਮੇਸਨ ਹੋਰਾਂ ਦੇ ਨਾਲ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਦੀ ਇਹ ਗੱਲਬਾਤ ਅੰਗਰੇਜ਼ੀ ਦੇ ਵਿੱਚ ਰਹੇਗੀ, ਪਰ ਉਸ ਤੋਂ ਬਾਅਦ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਇਹ ਸਾਰੀਆਂ ਗੱਲਾਂ ਜ਼ਰੂਰ ਦੱਸਾਂਗੀ। ਦ ਐਲੀਗੇਸ਼ਨਸ ਅਬਾਊਟ ਪ੍ਰੋਫੈਂਸ਼ੀਅਲ ਕੇਅਰ ਇਨਸਾਈਡ ਦ ਪ੍ਰੋਵਿੰਸ ਹੈਲਥ ਸਿਸਟਮ ਕਮ ਵਿਦ ਦ ਰਿਲੀਜ਼ ਆਫ ਅ ਮਿਡ 2009 ਮੈਮੋ ਫਰੋਮ then Alberta Health Services CEO Stephen Duckett condemning the practice and ordering senior executives to forward any future requests for special treatment to his office. Emergency room doctors said Monday it was common for rich and well-connected Albertans, including a top-ranking conservative politicians, to jump waiting lists for medical care prior to the creation of a province-wide health authority. Dr. Paul Parks, president of the Alberta Medical Association Emergency Medical Medicine Section, said that from 2005 to 2008, when VIPs showed up in emergency in university hospital, administrators would ensure they got a bed and then ask physicians to give them prompt attention. Today we have Mr. Raj Sharman,
Independent MLA, Dr. Raj Sherman on phone line to comment on this. Dr. Sherman, welcome in Heart Talk. Hello, Deepshika. It's an honor to be here. Thank you for the invite. So, what was your experience? Well, as frontline workers, we once in a while you would always see, you know, a patient coming in sooner than they should. But I was quite shocked and astounded that it was ingrained at the highest levels of administration in the regions. And I was quite impressed by Dr. Duckett saying this practice must end. It's not fair. That was a very good thing that he did. Now, while Health Minister Jean Zawiercki challenged Duckett on Monday to reveal who told him there was preferential treatment. Also, he said in a news statement today that these leaked documents can't prove anything. What do you think about that? Deepshika, here you have a highly recruited CEO, internationally recruited by this government. Hmm. And Dr. Duckett wrote this memo way back then in 2009, before this minister ever knew anything about healthcare. Yeah. He wrote it as soon as he came in, not after they fired him. Mm-hmm. And he looked at certain practices. As you know, Dr. Duckett has told some very real truths, the same truths that I've been telling about the health system. Mm-hmm. And the typical, in fact, they should be called the Minister of Denial, not the Minister of Health, because show us the proof. You have the CEO saying, don't do this anymore. Right. When he originally came on, there's the proof. And frontline staff have seen this happening for years, but if we ever spoke up, we would get punished, as you know. Mm-hmm. And now Brian Mason's call for RCMP investigation. How feasible is that? Sorry, can I come again? I'm asking that Brian Mason's call for RCMP investigation over queue jumping allegation. How feasible is that? Well, as you can see, this is actually very serious. Of everything, this is one of the most serious violations. This is systemic, organized queue jumping. Mm-hmm. It's a violation of the Canada Health Act. It's a national law. In fact, I issued a press release. You actually need to call in the feds, the federal government. Mm-hmm. This is breaking the law. Now, not only there's Dr. Duckett's document, in the document to privatize the minister's own document from his ministry that Mr. Fred Horn presented, in it, it acknowledges that the queue jumping is happening. Mm-hmm. And then you have the frontline workers talking about it. The minister has to come clean. And to be honest, the federal government must get involved if they're violated a federal law. Mm. Right. And now Alberta Health Service released $12 billion budget today. Already Alberta health spendings are higher than any other province, but low standards. What's your comment on that? I've been saying for years, the problem isn't the money. The problem is the mismanagement of it. Hmm. Our government, that I was the junior health minister in, before this ministry ever came along, I've worked with five CEOs, three deputy ministers, and three ministers now. Right. They've been on a road and a path to privatize health care. When I finally saw the document, it was this ministry's document under this minister. I said, what are you doing? Hmm. This opting out and private insurance, the premier said, third way is DOA. Albertans have been given this reassurance, we're not going to privatize, and the ministry was well on its way to privatizing health care. Mm-hmm. After the next election, it was going to happen this election under the previous minister. But he became such a liability to the province, they had to reverse every decision he made. Mm-hmm. And Dr. Duckett has said, when he walked in, there was no management structure.
mismanagement is the problem. This has actually led to the finance minister refusing to sign the budget and a collapse of the leadership of the party. Right. You're right. And now another view of this allegation. I asked the same question from Daniel and from Brian, that if provincial services were given to prominent people, then why Ralph Klein had to wait for approximately 2 years for his dementia? Well, likely because they probably got rid of all his government relations people and they brought in a whole new team. Right. Right. You have to question the previous CEOs of the previous regions. Mm-hmm. And they all had government relations people. They performed two functions. One was actually a very good function, which is to link up with the MLA's offices to make sure the constituents had their questions answered on the delivery side of healthcare. Now, when Minister Leipert collapsed all the regions, those people were gone. So the MLAs could no longer have their questions answered by the region. Mm-hmm. And there is a very good chance, as Dr. Duckett referred to, the go-to people, mm-hmm. they were also the people that connected with the political elite to look after the issues. I suspect that's who he referred to when he meant go-to people. Did you hear the whole speech of Dr. Duckett on website? No, you know what? I haven't had a chance to review the whole speech. I just came in from a national health conference in Newfoundland. Right. But I did get tidbits. My assistant gave me the salient points. Mm-hmm. And Dr. Duckett basically said everything I've been saying all along. Right. And now they're trying to discredit him. He was the highly recruited CEO, very knowledgeable. And I've been saying he walked into a very broken system. He didn't create this mess. He just became a scapegoat, I should say. Absolutely. Dr. Duckett's a very bright man. He could have communicated a bit better, but he walked into a system that was already broken. This is why I ran for politics and public service. Mm-hmm. There was no reason for me to run for politics. I ran to help fix the health system. Right. And the previous minister broke it even further. Mm. And finally, the plan to privatize, people were suffering. I said, enough is enough. When Dr. Paul Park said, look, people are dying in emergencies, in the waiting rooms, it's an issue of public safety. This is why I had to go to the public. Dr. Paul Parks is correct. I've seen enough, and it is time to go to the public and notify them. Right. Regardless of the political outfall, as you know, it was quite messy and quite nasty with me, and they're probably still not done yet. Right. Thanks, Dr. Sherman, for your time, for your valuable time, I should say. Talk to you soon. Thank you so much, Deepshika.